ਜਾਵਾਂਗੇ ਦੁਕਾਨ ਤੇ ਤੇ ਉਸ ਤੋਂ ਬਾਅਦ ਦੇਖਦੇ ਆ ਕੀ ਬਣਦਾ। ਬਣੇ ਰਹੋ ਵਲੌਗ ਦੇ ਨਾਲ। ਕਿਉਂ ਨਹੀਂ ਤੂੰ ਐ ਕਹਿਣਾ? ਹੈਲੋ ਦੋਸਤੋ, ਠੀਕ ਠਾਕ ਹੋ ਸਾਰੇ? ਕਹੋ ਬਾਏ ਵੀ ਕਰਨਾ ਨਾਲ, ਇਸ ਤਰ੍ਹਾਂ ਕਰਿਆ ਕਰ। ਹੈਲੋ ਦੋਸਤੋ, ਠੀਕ ਠਾਕ ਹੋ ਸਾਰੇ? ਕਹੋ ਕਈ ਕਈ ਸਾਰੇ ਜਾਮਣਾ ਤੇ ਆਪਾਂ ਖਾਂਦੇ ਆ ਜਾਮਣ। ਖਾਓ ਜੀ ਜਾਮਣ, ਦੇਖੋ ਜੀ ਕਿੱਡੇ ਕਿੱਡੇ ਘੈਂਟ ਜਾਮਣ, ਕਿੰਨੇ ਕਿੰਨੇ ਮੋਟੇ ਆ ਨਾ, ਦੇਖੋ ਜੀ। ਤੇ ਅੱਜ ਆਪਣੇ ਕੀ ਬਣ ਰਿਹਾ? ਬਣ ਰਹੇ ਆ ਆਂਡੇ। ਤੇ ਆਂਡੇ ਆਪਾਂ ਬਸ ਮਸਾਲੇ ਮਸੂਲੇ ਤਿਆਰ ਆ, ਤੜਕਾ ਹੀ ਲੱਗਣਾ। ਸਵਾਗਤ ਕਰਦੇ ਹਾਂ ਜੀ, ਉਮੀਦ ਆ ਠੀਕ ਹੋਵੋਗੇ। ਅਤੇ ਅੱਜ ਆਪਾਂ ਵਲੌਗ ਕੀਤਾ ਫਿਰ ਸ਼ੁਰੂ, ਅਤੇ ਟਾਈਮ ਹੋ ਗਿਆ ਘੱਟੋ ਘੱਟ 7-8 ਕੁ ਵਜੇ ਦਾ ਟਾਈਮ ਆ। ਅਤੇ ਆਪਾਂ ਅੱਜ ਮੈਡਮ ਕਹਿੰਦੀ ਮੈਂ ਹੀ ਵਲੌਗ ਬਣਾਉਣਾ, ਮੈਂ ਕਿਹਾ ਠੀਕ ਹੈ ਜੀ। ਅਤੇ ਆਪਾਂ ਇਹਨੂੰ ਮੋਬਾਈਲ ਦੇ ਦਿੱਤਾ, ਫੜਾ ਤਾ, ਮੈਂ ਕਿਹਾ ਤੁਸੀਂ ਬਣਾਓ ਅੱਜ ਵਲੌਗ, ਠੀਕ ਹੈ। ਅਤੇ ਇਸ ਤੋਂ ਬਾਅਦ ਆਪਾਂ ਰੋਟੀ ਰਾਟੀ ਖਾ ਲਈ ਹੈ, ਕੰਮ ਫਾਈਨਲ ਆ ਸਾਰਾ, ਹੁਣ ਫ੍ਰੀ ਹੈ। ਅਤੇ ਆਪਾਂ ਵਲੌਗ ਸ਼ੁਰੂ ਕੀਤਾ। ਅਤੇ ਆਪਣਾ ਬੱਚਾ ਸੀਗਾ ਉਹ ਵੀ ਪਿਆ ਹੋਇਆ, ਸੁੱਤਾ ਹੋਇਆ, ਅਤੇ ਜਿਸ ਕਾਰਨ ਹੈ ਉਹ ਵੀ ਸਕੂਲ ਗਿਆ। ਅਤੇ ਮਾਤਾ ਹੋਣੀ ਆ ਉਹ ਬਾਹਰ ਬੈਠੀਆਂ ਉੱਥੇ, ਅਤੇ ਉਹਨਾਂ ਦਿਖਾਉਂਦੇ ਆਪਾਂ। ਅਤੇ ਆਪਣੇ ਇੱਕ ਹੋਰ ਗੱਲ ਹੈਗੀ ਹੈ ਵੀ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰੋ, ਅਤੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਅਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ। ਅਤੇ ਜੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ, ਕਮੈਂਟਾਂ ਜ਼ਰੂਰ ਕਰ ਦਿਆ ਕਰੋ, ਅਤੇ ਬਣੇ ਰਿਹਾ ਕਰੋ ਆਪਣੀ ਵੀਡੀਓ ਦੇ ਨਾਲ, ਕਿਉਂਕਿ ਆਪਾਂ ਡੇਲੀ ਵਲੌਗ ਪਾਉਂਦੇ ਹਾਂ, ਠੀਕ ਹੈ ਜੀ। ਵਧੀਆ ਤੋਂ ਵਧੀਆ ਹੋਰ ਬਿਹਤਰ ਕਰਨ ਦਾ ਕਰਾਂਗੇ, ਜੋ ਵੀ ਆਪਣੀ ਲਾਈਫ ਦੇ ਵਿੱਚ ਜੋ ਵੀ ਸੱਚਾਈ ਹੈਗੀ ਹੈ, ਜੋ ਕੁਛ ਹੁੰਦਾ ਆਪਣੇ ਨਾਲ ਉਹੀ ਕਰਾਂਗੇ, ਅਤੇ ਉਹੀ ਤੁਹਾਨੂੰ ਦਿਖਾਵਾਂਗੇ, ਠੀਕ ਹੈ ਜੀ। ਅਤੇ ਆਪਣੇ ਹੋਰ ਗੱਲ ਹੈਗੀ ਆ, ਥੋੜ੍ਹੇ ਜਿਹੇ ਦਿਨ ਰਹਿ ਗਏ, 2-4 ਦਿਨ ਰਹਿ ਗਏ ਆ, ਆਪਣੇ ਮੇਲਾ ਸ਼ੁਰੂ ਹੋ ਗਿਆ, 3-4 ਦਿਨ ਮੇਲਾ ਰਹੂਗਾ, ਤੁਹਾਨੂੰ ਮੇਲੇ ਦੇ ਵਲੌਗ ਸਾਰਾ ਦਿਖਾਵਾਂਗੇ, ਕੀ ਕੁਛ ਹੁੰਦਾ, ਕਬੱਡੀ, ਠੀਕ ਹੈ ਜੀ, ਕਲਾਕਾਰ ਨੇ ਵੀ ਆਉਣਾ, ਉਹ ਵੀ ਦਿਖਾਵਾਂਗੇ ਤੁਹਾਨੂੰ, ਅਤੇ ਆਪਾਂ ਨੂੰ ਜੋ ਕੁਛ ਵੀ ਹੋਊਗਾ ਤੁਹਾਨੂੰ ਦਿਖਾਵਾਂਗੇ, ਬਣੇ ਰਹੋ ਵਲੌਗ ਦੇ ਨਾਲ। ਅਤੇ ਆ ਜਾਓ ਜੀ ਬਾਹਰ, ਤੁਹਾਨੂੰ ਦਿਖਾਉਂਦੇ ਹਾਂ। ਹਾਂਜੀ, ਆਪਾਂ ਆ ਗਏ ਹਾਂ ਹੁਣ ਬਾਹਰ, ਠੀਕ ਹੈ ਜੀ। ਅਤੇ ਉਹ ਮਾਤਾ ਪਈ ਆ ਮੇਰੀ, ਠੀਕ ਆ, ਪਸ਼ੂ ਪਸ਼ੂ ਨੂੰ ਆਤੇ ਹੈਗੇ ਆ, ਤਿਆਰੀ ਕਰਤੀ ਆ, ਜਮਾਂ ਓਕੇ ਕੀਤਾ ਪਿਆ ਸਾਰਾ ਕੁਝ, ਅਤੇ ਸਾਂਭ ਸੰਭਾਲ ਹੋਈ ਪਈ ਆ। ਹੁਣ ਆਪਣੀ ਦੁਕਾਨ 'ਤੇ ਜਾਣ ਦੀ ਤਿਆਰੀ ਆ, ਕਿਉਂਕਿ ਟਾਈਮ ਬਹੁਤ ਹੋ ਗਿਆ ਸੀਗਾ, ਅਤੇ ਤਾਂ ਕਰਕੇ ਹੀ। ਅਤੇ ਹੁਣ ਅਸੀਂ ਜਾਵਾਂਗੇ ਦੁਕਾਨ 'ਤੇ, ਅਤੇ ਉਸ ਤੋਂ ਬਾਅਦ ਦੇਖਦੇ ਹਾਂ ਕੀ ਬਣਦਾ। ਬਣੇ ਰਹੋ ਵਲੌਗ ਦੇ ਨਾਲ, ਸ਼ਾਮ ਤੱਕ ਦੇਖਦੇ ਹਾਂ ਕੀ ਕੁਛ ਹੁੰਦਾ ਕੀ ਨਹੀਂ, ਅਤੇ ਸ਼ਾਮ ਤੱਕ ਜੋ ਵੀ ਕੁਛ ਹੋਊਗਾ ਤੁਹਾਨੂੰ ਪਾਵਾਂਗੇ ਵੀਡੀਓ, ਨਾਲ ਕਲਿੱਪ ਲਾਵਾਂਗੇ ਜੋ ਕੁਛ ਵੀ ਹੋਇਆ। ਚਲੋ ਠੀਕ ਹੈ ਜੀ, ਦੇਖਦੇ ਕੀ ਬਣਦਾ। ਹਾਂਜੀ ਮਿੱਤਰੋ, ਆਪਾਂ ਹੈਗੇ ਹਾਂ ਜੀ ਸੁਬਹਾ ਦੇ ਦੁਕਾਨ 'ਤੇ, ਅਤੇ ਜਿੰਨਾ ਕੁ ਕੰਮ ਸੀ ਆਪਾਂ ਕਰਤਾ, ਅਤੇ ਕੋਈ ਸ਼ਾਮ ਦਾ ਟਾਈਮ ਹੋ ਗਿਆ ਜੀ 5-6 ਵਜੇ ਦਾ, ਅਤੇ ਆਪਾਂ ਹੈਗੇ ਹੁਣ ਦੁਕਾਨ 'ਤੇ। ਆਹ ਦੇਖੋ ਜੀ, ਅਤੇ ਆਹ ਖੜਾ ਆਪਣਾ ਮੋਟਰਸਾਈਕਲ, ਆਪਾਂ ਕਿਉਂਕਿ ਦੁਕਾਨ ਦੇ ਅੰਦਰ ਹੀ ਲਾਉਣੇ ਆ ਮੋਟਰਸਾਈਕਲ, ਬਾਹਰ ਰਹਿੰਦੀ ਆ ਧੁੱਪ, ਠੀਕ ਹੈ ਜੀ। ਅਤੇ ਆਹ ਦੇਖੋ ਜੀ, ਧੁੱਪ ਰਹਿੰਦੀ ਆ ਬਾਹਰ ਇੱਥੇ, ਅਤੇ ਉਹ ਤੁਹਾਨੂੰ ਦਿਖਾਉਂਦੇ ਆ ਆਪਣੇ ਇੱਥੇ ਦਰਿਆ, ਦਰਿਆ
ਸਾਡੇ ਲਾਗੇ ਆਉਂਦਾ ਇੱਥੇ ਦਰਿਆ, ਕਿਉਂਕਿ ਮੀਂਹ ਪੈ ਗਿਆ, ਮੀਂਹ ਕਰਕੇ ਪਾਣੀ ਖੜ ਗਿਆ ਸੀਗਾ ਇੱਥੇ, ਅਤੇ ਉਹ ਪਾਣੀ ਆ ਹੁਣ ਹਜੇ ਹੌਲੀ ਹੌਲੀ ਸੁੱਕੂਗਾ, ਉਦੋਂ ਹੋਰ ਪੈ ਜੂਗਾ, ਹੋਰ ਖੜ ਜੂਗਾ। ਚਲੋ ਠੀਕ ਆ ਜੀ, ਅਤੇ ਹੁਣ ਆਪਾਂ ਥੋੜ੍ਹੇ ਟਾਈਮ ਤੱਕ ਜਾਵਾਂਗੇ ਘਰੇ, ਅਤੇ ਘਰ ਦਾ ਮਾਹੌਲ ਦੇਖਦੇ ਹਾਂ ਜਾ ਕੇ ਕੀ ਆ, ਅਤੇ ਬਣੇ ਰਹੋ ਆਪਣੀ ਵੀਡੀਓ ਦੇ ਨਾਲ। ਚਲੋ ਠੀਕ ਆ ਜੀ, ਬਾਏ। ਲਓ ਬਾਬਿਓ, ਆਪਾਂ ਚੱਲੇ ਹਾਂ ਜੀ ਹੁਣ ਘਰ ਨੂੰ, ਅਤੇ ਮੈਂ ਕਿਹਾ ਚੱਲ ਥੋੜ੍ਹੇ ਜਿਹੇ ਕਲਿੱਪ ਲਾ ਦਈਏ ਰੋਡ ਦਾ ਵੀ, ਅਤੇ ਆਪਣਾ ਰੋਡ ਬਈ ਬਣ ਚੁੱਕਿਆ, ਅਤੇ ਵਿੱਚ ਵਿੱਚ ਰਹਿ ਗਿਆ ਹੈਗਾ ਥੋੜ੍ਹਾ ਜਿਹਾ ਬਣਨ ਵਾਲਾ, ਦੇਖੋ ਰੋਡ। ਅਤੇ ਆਹ ਦੇਖੋ ਜੀ ਆਪਣੇ ਕਿੰਨਾ ਘੈਂਟ ਰੋਡ ਬਣ ਗਿਆ, ਉਹ ਲੱਗੀ ਜਾਂਦਾ ਝੋਨਾ, ਅਤੇ ਆਹ ਚਰੀ ਖੜੀ ਆ। ਚਲੋ ਜੀ ਆਪਾਂ ਹੁਣ ਬੱਸ ਪਹੁੰਚਣ ਵਾਲੇ ਹਾਂ ਘਰ ਦੇ ਕੋਲ। ਚਲੋ ਠੀਕ ਆ ਜੀ। ਹਾਂਜੀ ਮਿੱਤਰੋ, ਆਪਾਂ ਆ ਗਏ ਹਾਂ ਜੀ ਘਰੇ, ਅਤੇ ਜਿਸ ਕਾਰਨ ਸਾਡਾ ਆਹ ਤੁਰਿਆ ਫਿਰਦਾ। ਲੈ ਪਾਣੀ ਮੇਰੇ ਵਾਸਤੇ ਸੀਗਾ, ਪੀਣ ਆਪ ਲੱਗ ਗਿਆ, ਠੀਕ ਹੈ। ਅਤੇ ਆਹ ਤੁਰੀ ਫਿਰਦੀ ਪਾਲੀ, ਅਤੇ ਇਹ ਕਰੀ ਜਾਂਦੀ ਹੈ ਜੀ ਅੱਜ ਹੁਣ ਰੋਟੀ ਪਾਣੀ ਦਾ ਟਾਈਮ ਹੋਇਆ ਪਿਆ, ਅਤੇ ਮਾਤਾ ਨੇ ਲੈਂਦੇ ਪਏ ਆ ਪੱਠੇ, ਅਤੇ ਦੂਜਾ ਸੀਗਾ ਉਹ ਅੰਦਰ ਪਿਆ, ਅਤੇ ਨਾਨੀ ਪਈ ਆ ਉਹ ਵੇ, ਅਤੇ ਆਹ ਲਿਆਂਦਾ ਜੀ ਪਾਣੀ। ਆ ਜਾਓ ਜੀ ਪਾਣੀ ਪੀ ਲਓ, ਅਤੇ ਜਿਸ ਕਾਰਨ ਹੈਲੋ ਕਰਦੇ, ਹੈਲੋ ਕਰ, ਹਾਂ ਹੈਲੋ, ਅਤੇ ਵਲੌਗ ਬਣਾ ਦੇ ਤੂੰ ਵੀ। ਕਹਿ ਦੇ ਕਿਵੇਂ ਹੋ ਜੀ, ਠੀਕ ਠਾਕ ਹੋ ਸਾਰੇ? ਚੰਗੀ ਤਰ੍ਹਾਂ ਕਹਿ, ਹੈਂ ਕਿਉਂ ਨਹੀਂ ਤੂੰ ਐਂ ਕਹਿ ਨਾ, ਹੈਲੋ ਦੋਸਤੋ, ਇੰਜੋਏ ਠੀਕ ਠਾਕ ਹੋ ਸਾਰੇ? ਕਹੋ ਇੰਜ ਬਾਏ ਵੀ ਕਰਨਾ ਨਾਲ, ਇਸ ਤਰ੍ਹਾਂ ਕਰਿਆ ਕਰ, ਹੈਲੋ ਦੋਸਤੋ ਠੀਕ ਠਾਕ ਹੋ ਸਾਰੇ? ਕਹੋ ਕਈ ਕਈ ਉਮੀਦ ਹੈ ਤੁਸੀਂ ਠੀਕ ਹੋ। ਤੇ ਆਪਾਂ ਇਹਨੂੰ ਵੀ ਟ੍ਰੇਨਡ ਕਰਦੇ ਹਾਂ ਹੌਲੀ ਹੌਲੀ, ਅਤੇ ਆਪਾਂ ਨੂੰ ਹੁਣ ਥੋੜ੍ਹਾ ਜਿਹਾ ਕੈਮਰੇ ਅੱਗੇ ਬੋਲਣ ਦਾ ਹਿਸਾਬ ਕਿਤਾਬ ਜਿਹਾ ਆ ਗਿਆ ਹੈਗਾ, ਅਤੇ ਪਹਿਲਾਂ ਤਾਂ ਥੋੜ੍ਹਾ ਜਿਹਾ ਅੜ ਜਾਂਦੇ ਸੀ ਗੱਲਬਾਤ ਕਰਦੇ, ਹੁਣ ਇੱਦਾਂ ਦਾ ਹੈ ਨਹੀਂ ਗਾ, ਹੁਣ ਆਪਾਂ ਗੱਲਬਾਤ ਵਧੀਆ ਕਰ ਲੈਂਦੇ ਹਾਂ ਕੈਮਰੇ ਅੱਗੇ। ਅਤੇ ਚਲੋ ਠੀਕ ਹੈ ਜੀ, ਹੁਣ ਆਪਾਂ ਪੀਂਦੇ ਹਾਂ ਪਾਣੀ ਪੂਣੀ, ਫਿਰ ਕਰਦੇ ਹਾਂ ਆਰਾਮ 10 ਮਿੰਟ, ਫਿਰ ਨਹਾ ਨਹੂ ਕੇ ਉਸ ਤੋਂ ਬਾਅਦ ਫਿਰ ਆਪਾਂ ਵਲੌਗ ਸ਼ੁਰੂ ਕਰਦੇ ਹਾਂ, ਜੋ ਵੀ ਕਰ ਹੁੰਦਾ ਪਿਆ ਫਿਰ ਦੇਖਦੇ ਹਾਂ ਫਿਰ ਕੀ ਬਣਨਾ। ਲਿਖ ਲਿਆ ਕੰਮ ਠੀਕ ਆ, ਅਤੇ ਜਿਸ ਕਾਰਨ ਕਹਿੰਦਾ ਮੈਂ ਉਤਰਿਆ ਨਹੀਂ ਮੋਟਰਸਾਈਕਲ ਤੋਂ ਪਹਿਲਾਂ ਹੀ ਆਉਂਦੇ ਨੂੰ, ਮੈਨੂੰ ਕਹਿੰਦਾ ਅਖੇ ਮੈਂ ਤਾਂ ਕੰਮ ਲਿਖ ਲਿਆ ਅਖੇ, ਅਤੇ ਇਹਨੂੰ ਐਂ ਹੁੰਦਾ ਵੀ ਜੇ ਕੰਮ, ਮੈਂ ਇਸ ਤਰ੍ਹਾਂ ਇਹਨੂੰ ਕਿਹਾ ਹੋਇਆ ਜੇ ਕੰਮ ਤੂੰ ਲਿਖੇਂਗਾ ਤੈਨੂੰ ਮੋਬਾਈਲ 10 ਮਿੰਟ ਚਲਾਉਣ ਨੂੰ ਮੈਂ ਫੇਰ ਹੀ ਦੇਊਂਗਾ, ਉਨਾ ਟਾਈਮ ਤੈਨੂੰ ਮੈਂ ਮੋਬਾਈਲ ਨਹੀਂ ਦੇਣਾ ਮੈਂ ਚਲਾਉਣ ਵਾਸਤੇ। ਅਤੇ ਉਹਦੇ ਕਰਕੇ ਮੈਨੂੰ ਉਤਰਦੇ ਸਾਰ ਹੀ ਮੈਨੂੰ ਕਹਿੰਦਾ ਆ ਕੇ ਮੈਂ ਕੰਮ ਲਿਖ ਲਿਆ ਅਖੇ, ਮੈਂ ਕਿਹਾ ਚੱਲ ਠੀਕ ਆ ਕੰਮ ਲਿਖ ਲਿਆ ਤਾਂ ਕੋਈ ਨਹੀਂ, ਤੈਨੂੰ ਮੈਂ ਸ਼ਾਮ ਨੂੰ ਮੋਬਾਈਲ ਦੇ ਦੂੰਗਾ ਚਲਾਉਣ ਵਾਸਤੇ, ਠੀਕ ਆ ਜੀ। ਅਤੇ ਚਲੋ ਦੇਖਦੇ ਹਾਂ ਅੱਗੇ ਕੀ ਬਣਦਾ, ਓਕੇ। ਲਓ ਜੀ ਜਿਸ ਕਾਰਨ ਲੈ ਕੇ ਆਉਂਦਾ ਪਿਆ ਆਪਣੇ ਵਾਸਤੇ ਜਾਮਣ, ਅਤੇ ਆਪਾਂ ਖਾਂਦੇ ਹਾਂ ਜਾਮਣ, ਖਾਓ ਜੀ ਜਾਮਣ, ਦੇਖੋ ਜੀ ਕਿੱਡੇ ਕਿੱਡੇ ਘੈਂਟ ਜਾਮਣ, ਕਿੰਨੇ ਕਿੰਨੇ ਮੋਟੇ ਆ ਨਾ ਦੇਖੋ ਜੀ। ਹੁਣ ਬਹੁਤ ਹੋ ਗਈਆਂ ਜਾਮਣ ਖਾਣ ਵਾਸਤੇ, ਅਤੇ ਦੱਸਿਓ ਜੀ ਕਿਹਨੇ ਕਿਹਨੇ, ਆਪਾਂ ਤਾਂ ਹੁਣ ਦੂਸਰੀ ਵਾਰ, ਹਾਂ ਆ ਜਾਓ ਵੀ ਜਾਮਣਾ ਖਾ ਲਓ ਆ ਕੇ, ਅਤੇ ਲੂਣ ਲਿਆ ਜਾ ਕੇ, ਹਾਂ ਲੂਣ ਲਿਆ। ਚਲੋ ਜੀ ਅੱਗੇ ਲੂਣ ਲੈ ਕੇ ਆਉਂਦਾ ਜੀ, ਫਿਰ ਆਪਾਂ ਖਾਂਦੇ ਹਾਂ ਜਾਮਣ। ਲਓ ਜੀ ਲਿਆਂਦਾ ਜਿਸ ਕਾਰਨ ਲੂਣ, ਆਪਾਂ ਹੁਣ ਪਾਵਾਂਗੇ ਉਹਨਾਂ 'ਤੇ ਲੂਣ, ਸਾਰਿਆਂ 'ਤੇ ਤਾਂ ਨਹੀਂ ਪਾਉਂਦੇ ਗੇ, ਇਹਨੂੰ ਇੰਝ ਕਰ ਉਹਦੇ 'ਚ ਲਿਆ ਉਹ ਲਿਆ ਉਹ
ਇਹਨੂੰ ਰੱਖ ਇੱਥੇ। ਉਹ ਜੱਗ ਚੱਕ ਲਿਆ ਜੱਗ। ਹਾਂ ਆਪਾਂ ਖਾਵਾਂਗੇ ਦੇਸੀ ਤਰੀਕੇ ਨਾਲ। ਅਤੇ ਦੇਸੀ ਤਰੀਕੇ ਨਾਲ ਕਿਵੇਂ ਖਾਣਾ? ਇਹਦੇ ਵਿੱਚ ਆਪਾਂ ਪਾਵਾਂਗੇ ਪਹਿਲਾਂ ਤਾਂ ਨਮਕ, ਠੀਕ ਹੈ ਜੀ। ਨਮਕ ਪਾਉਣ ਤੋਂ ਬਾਅਦ ਆਪਾਂ ਇਸ ਤਰ੍ਹਾਂ ਨਹੀਂ ਪਾਉਣਾ, ਇਹਨਾਂ ਨੂੰ ਆਪਾਂ ਵਿੱਚ ਸਿੱਟ, ਇਹਦੇ ਵਿੱਚ ਸਿੱਟੋ ਜੀ, ਠੀਕ ਹੈ। ਅਤੇ ਆਹ ਵੇਖੋ ਜੀ ਆਪਾਂ ਵਿੱਚ ਸਿੱਟ ਲਈਏ ਜਾਮਣ। ਬਸ ਬਸ ਬਹੁਤ ਹੈ, ਹੁਣ ਇਹਨੂੰ ਹਿਲਾਉਣੇ ਆਪਾਂ ਚੰਗੀ ਤਰ੍ਹਾਂ। ਇਹਦੇ ਨਾਲ ਇਹ ਥੋੜ੍ਹੇ ਜਿਹੇ ਦਾਗੀ ਹੋ ਜਾਂਦੇ ਅਤੇ ਨਮਕ ਹੁੰਦਾ ਪੂਰਾ ਅੰਦਰ ਚਲਾ ਜਾਂਦਾ ਇਹਨਾਂ ਦੇ। ਅਤੇ ਖਾਣ ਦੇ ਵਿੱਚ ਵਧੀਆ, ਮਤਲਬ ਚੀਜ਼ ਜ਼ਬਰਦਸਤ ਬਣ ਜਾਂਦੀ ਆ। ਚਲੋ ਠੀਕ ਹੈ ਜੀ, ਆਪਾਂ ਟੇਸਟ ਕਰਦੇ ਆਪਾਂ ਕਰਦੇ ਹਾਂ ਟੇਸਟ। ਸਿਰਾ ਜੀ ਆ ਜਾਓ ਜੀ, ਖਾ ਲਓ ਤੁਸੀਂ ਵੀ ਜਾਮਣ, ਅਤੇ ਆਪਾਂ ਤਾਂ ਖਾਈ ਜਾਂਦੇ ਹਾਂ, ਠੀਕ ਹੈ ਜੀ। ਅੱਗੇ ਦੇਖਦੇ ਹਾਂ ਕੀ ਬਣਦਾ। ਹਾਂਜੀ ਮਿੱਤਰੋ, ਆਪਾਂ ਨਹਾ ਨੂ ਲਏ ਹਾਂ ਅਤੇ ਨਹਾ ਨੂ ਕੇ ਹੋ ਗਏ ਹਾਂ ਫਰੈਸ਼ ਜਮਾਂ। ਅਤੇ ਅੱਜ ਆਪਣੇ ਸਬਜ਼ੀ ਦੇ ਵਿੱਚ ਬਣੀ ਜਾਂਦੇ ਜੀ ਆਂਡੇ, ਅਤੇ ਛੋਟੀ ਜਿਹੀ ਕਲਿੱਪ ਲਾਈ ਹੋਈ ਹੈ ਵਿੱਚ, ਅਤੇ ਅੱਜ ਆਂਡੇ ਬਣੀ ਜਾਂਦੇ ਆ, ਬਹੁਤ ਟਾਈਮ ਬਾਅਦ ਬਣਾਉਣ ਲੱਗੇ ਹਾਂ। ਲਓ ਜੀ ਆਪਾਂ ਹੋ ਗਏ ਹੁਣ ਫ੍ਰੀ ਨਹਾ ਨੂ ਕੇ, ਅਤੇ ਆਪਾਂ ਹੋ ਗਏ ਹੁਣ ਰੋਟੀ ਵਾਲੀ ਸਾਈਡ। ਅਤੇ ਅੱਜ ਆਪਣੇ ਕੀ ਬਣ ਰਿਹਾ? ਬਣ ਰਿਹਾ ਆਂਡੇ। ਅਤੇ ਆਂਡੇ ਆਪਾਂ ਬਸ ਮਸਾਲੇ ਮਸੂਲੇ ਤਿਆਰ ਆ, ਤੜਕਾ ਹੀ ਲੱਗਣਾ, ਅਤੇ ਬਸ ਉਸ ਤੋਂ ਬਾਅਦ ਖਾਂਦੇ ਜੀ ਆਪਾਂ ਆਂਡੇ। ਅਤੇ ਦੋਸਤੋ ਅੱਜ ਲਈ ਇੰਨਾ ਹੀ। ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰੋ, ਅਤੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਲਾਈਕ ਕਮੈਂਟ ਸ਼ੇਅਰ ਤਾਂ ਜ਼ਰੂਰ ਕਰ ਦਿਆ ਕਰੋ ਜੇ ਤੁਹਾਨੂੰ ਵਲੌਗ ਵਧੀਆ ਲੱਗਦਾ। ਅਤੇ ਬਣੇ ਰਿਹਾ ਕਰੋ ਆਪਣੇ ਵਲੌਗ ਦੇ ਨਾਲ, ਅਤੇ ਆਪਾਂ ਡੇਲੀ ਵਲੌਗ ਪਾਈਦਾ, ਅਤੇ ਜੇ ਵਲੌਗ ਵਧੀਆ ਲੱਗਦਾ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ। ਧੰਨਵਾਦ ਜੀ, ਥੈਂਕ ਯੂ, ਮਿਹਰਬਾਨੀ।